ਆਪਣੀ ਹੀ ਬੱਸ ਥੱਲੇ ਆਉਣ ਕਾਰਨ ਕੰਡਕਟਰ ਦੀ ਦਰਦਨਾਕ ਮੌਤ ਹੋ ਗਈ ਹੈ, ਜਿੱਥੇ ਬੱਸ ਨੂੰ ਪਿੱਛੇ ਕਰਦਿਆਂ ਕੰਡਕਟਰ ਦੇ ਨਾਲ ਭਿਆਨਕ ਹਾਦਸਾ ਵਾਪਰਦਾ ਹੈ। ਖੰਨਾ ਰੋਡ ਉੱਪਰ ਪਿੰਡ ਉਟਾਲਾ ਨੇੜੇ ਵਾਪਰੇ ਸੜਕ ਹਾਦਸੇ ਦੇ ਵਿੱਚ ਆਪਣੀ ਹੀ ਬੱਸ ਦੇ ਹੇਠਾਂ ਆ ਕੇ ਇੱਕ ਕੰਡਕਟਰ ਦੇ ਵੱਲੋਂ ਦਮ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿੱਛੇ ਨੂੰ ਕਰਵਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ, ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ। ਪਿੰਡ ਉਟਾਲਾ ਨੇੜੇ ਸੜਕ ਉੱਪਰ ਜਾਮ ਲੱਗਿਆ ਹੋਣ ਕਾਰਨ ਉਸਨੂੰ ਬੈਕ ਕਰਵਾਉਣ ਦੇ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਤੇ ਬੱਸ ਦੇ ਹੇਠਾਂ ਆਉਣ ਕਾਰਨ ਉਸਦੀ ਮੌਤ ਹੋ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਬੱਸ ਦੇ ਡਰਾਈਵਰ ਦੇ ਖਿਲਾਫ਼ ਅਣਗਹਿਲੀ ਅਤੇ ਲਾਪਰਵਾਹੀ ਵਰਤਣ ਦਾ ਦੋਸ਼ ਤੇ ਮੁਕੱਦਮਾ ਲਗਾਇਆ ਗਿਆ। ਤਾਂ ਮ੍ਰਿਤਕ ਜੋ ਆਪਣੇ ਪਿੱਛੇ 2 ਸਾਲ ਦੀ ਧੀ ਅਤੇ ਪਤਨੀ ਛੱਡ ਗਿਆ, ਉਸਦੀ ਲਾਸ਼ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਾ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਮ੍ਰਿਤਕ ਦੇ ਭਰਾ ਅਤੇ ਹਸਪਤਾਲ ਦੇ ਡਾਕਟਰਾਂ ਦਾ, ਆਓ ਸੁਣਦੇ ਆ। ਨਾਮ ਲਖਵਿੰਦਰ ਸਿੰਘ ਹੈ ਜੀ, ਪਿੰਡ ਦਨਘੇੜੀ ਹੈ ਜੀ। ਮੇਰਾ ਛੋਟਾ ਬ੍ਰਦਰ ਸੀਗਾ ਜੀ, ਬੱਸ ਕਨੈਕਟਰ ਸੀਗਾ ਅਤੇ 40 ਸਾਲ ਦੀ ਉਮਰ ਸੀਗੀ ਜੀ। ਕੀ ਘਟਨਾ ਵਾਪਰੀ ਹੈ ਜੀ? ਘਟਨਾ ਵਾਪਰੀ ਹੈ ਜੀ, ਜਾਮ ਲੱਗਿਆ ਸੀਗਾ, ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਹਾ ਸੀਗਾ, ਡਰਾਈਵਰ ਨੇ ਪਿੱਛੇ ਬੈਕ ਫੇਟ ਲੱਗਣ ਕਾਰਨ ਉਹਦੀ ਡੈਥ ਹੋ ਗਈ। ਸ਼ਮਸ਼ੇਰ ਸਿੰਘ ਜੀ, ਮੇਰਾ ਛੋਟਾ ਬ੍ਰਦਰ ਜੀ। ਕੀ ਨਾਮ ਸੀ ਉਹਨਾਂ ਦੀ, ਉਮਰ ਕਿੰਨੀ ਕੁ ਸੀ? ਰਣਜੀਤ ਸਿੰਘ ਨਾਂ ਹੈ ਜੀ, 35 ਸਾਲ ਉਮਰ ਸੀ ਜੀ। ਕੀ ਕੰਮ ਕਰਦੇ ਸੀ ਜੀ? ਕਨੈਕਟਰੀ ਕਰਦੇ। ਕਿੱਥੋਂ ਕਿੱਥੇ ਜਾ ਰਹੇ ਸੀ, ਕੀ ਘਟਨਾ ਵਾਪਰੀ ਜੀ? ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ, ਰਾਹ 'ਚ ਜਾਮ ਲੱਗ ਗਿਆ ਜੀ, ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ, ਡਰਾਈਵਰ ਦੀ ਅਣਗਹਿਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ, ਕਨੈਕਟਰ ਦੀ ਉੱਥੇ ਮੌਕੇ 'ਤੇ ਮੌਤ ਹੋ ਗਈ। ਗੱਡੀ ਉੱਪਰ ਚੜ੍ਹ ਗਈ? ਹਾਂਜੀ, ਗੱਡੀ ਬੈਕ ਕਰਦੇ ਤੋਂ ਉੱਪਰ ਚੜ੍ਹ ਗਈ। ਕਾਰਵਾਈ ਕੀਤੀ ਜੀ? ਹਾਂਜੀ, ਕਾਰਵਾਈ ਕੀਤੀ ਜੀ, ਅਤੇ ਪੁਲਿਸ ਰਿਪੋਰਟ ਹੋ ਗਈ। ਡਾਕਟਰ ਲਵਦੀਪ ਸਿੰਘ, ਇੱਕ ਐਕਸੀਡੈਂਟ ਆਇਆ, ਉਹਦਾ ਨਾਮ ਰਣਜੀਤ ਸਿੰਘ ਹੈ ਅਤੇ ਉਹ ਡਾਕਟਰ ਸੀਗਾ ਅਤੇ ਮੇਰੇ ਕੋਲ ਬਰੋਡ ਡੈਡ ਆਇਆ, ਐਕਸੀਡੈਂਟ ਕਰਕੇ ਦਿੱਤਾ। ਕੀ ਲੱਗਦਾ ਜੀ, ਕਿਵੇਂ ਡੈਥ ਕੀ ਐਕਸੀਡੈਂਟ? ਸਰ ਮੈਂ ਜਦੋਂ ਉਹਦਾ CPR ਕਰਕੇ ਹੋ ਸਕਦੀ ਹੈ, ਮੈਂ ਜਦੋਂ CPR ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ, ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮਡ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈਗਾ। ਕਿੰਨੇ ਕੁ ਵਜੇ ਦੀ ਘਟਨਾ ਹੈਗੀ ਜੀ? ਸਰ ਇਹ ਕੁਛ ਤਕਰੀਬਨ 11:30 ਵਜੇ। ਕਿੰਨੀ ਕੀ ਏਜ ਦਾ ਸੀ ਪੇਸ਼ੈਂਟ? 40 ਈਅਰਸ। ਇਹਦਾ ਨਾਮ ਰਣਜੀਤ ਸਿੰਘ ਹੈ, 40 ਸਾਲਾਂ ਦੀ ਉਮਰ ਹੈ, ਫਤਿਹਗੜ੍ਹ ਸਾਹਿਬ ਪਿੰਡ ਦੇ, ਮਤਲਬ ਫਤਿਹਗੜ੍ਹ ਸਾਹਿਬ ਦੇ। ਜਿਸਦਾ ਡਰਾਈਵਰ ਰਣਜੀਤ ਸਿੰਘ, ਬੱਸ ਨੰਬਰ PV10DK3571 ਦੇ ਨਾਲ ਸਾਨੂੰ ਹਰਪ੍ਰੀਤ ਸਿੰਘ ਸੋਨੀ ਜੀ ਜਿਹੜਾ ਕਨੈਕਟਰ ਸੀਗਾ ਇਹ ਬੱਸ ਪਿੱਛੇ ਕਰਾ ਰਿਹਾ ਸੀਗਾ, ਹਰਜੀਤ ਸਿੰਘ ਸਾਨੂੰ ਹੱਕ ਸਿੰਘ ਵਾਸੀ ਨਹੇੜੀ PS ਵੱਲੋਂ ਜਿਹੜਾ ਫਤਿਹਗੜ੍ਹ ਇਹ ਫੇਟ ਲੱਗਣ ਕਰਕੇ ਜੀ ਮੂੰਹ ਭਾਂਡੇ ਪਿਆ, ਮੌਕੇ 'ਤੇ ਮੌਤ ਹੋ ਗਈ। ਇਹਦੀ ਕਾਰਵਾਈ ਅਮਰ ਚਲਾਉਂਦੀ ਜਾ ਰਹੀ ਹੈ। ਕਿੰਨੇ ਕੁ ਸਾਲ ਦਾ ਜੀ ਇਹ? 40 ਸਾਲ ਦੀ ਉਮਰ ਹੈ ਜੀ ਇਹਦੀ। ਇਹ ਬੱਸ ਨੂੰ ਪਿੱਛੇ ਕਰਨ ਲੱਗਿਆ? ਹਾਂਜੀ, ਬੱਸ ਬੈਕ ਕਰਾ ਰਿਹਾ ਸੀ, ਮੁੜੇ ਜਾਮ ਲੱਗਿਆ ਜੀ। ਮੂੰਹ ਵੰਡੇ ਪਿਆ ਸਾਡੇ ਸਿਰ ਸਰ। ਕਿਹੜੀਆਂ ਤਰ੍ਹਾਂ ਕਿਹਦੇ ਤੋਂ ਬਰਕਾ ਦਰਦ ਕੀਤਾ?
ਬਖਰਾ ਰਣਜੀਤ ਸਿੰਘ ਸਾਨੂੰ ਹਰਪ੍ਰੀਤ ਸਿੰਘ ਜਾਮ ਲੱਗਿਆ ਸੀਗਾ ਉੱਥੇ ਜੀ, ਉਹਨੂੰ ਨੀ ਪਤਾ ਲੱਗਿਆ ਬਸ ਲੰਬੀ ਉਮਰ ਕਿ ਨਹੀਂ ਪਤਾ ਲੱਗਾ, ਉੱਤਰ ਗਿਆ ਸਾਹਮਣੇ ਨਾਲ ਉਹਨੇ ਦਾਖਲ ਕਰਾਇਆ ਜਾ ਕੇ ਲਿਆ ਕੇ ਨਹੀਂ ਇਹ ਲਿਆ ਕੇ ਮੁੱਕ ਦੀ ਉਮਰ ਡਾਕਟਰ ਸਾਹਿਬ ਨੇ ਇੱਥੇ ਡੈਥ ਕਰਾ ਦਿੱਤਾ ਡਰਾਈਵਰ ਵਾਸਤੇ ਲੈ ਕੇ।